ਫੁਲਕਾ ਸਾਹਿਬ, ਇੱਕ ਵੱਡੀ ਜਿੱਤ ਦੇ ਤੌਰ 'ਤੇ ਇਸ ਚੀਜ਼ ਨੂੰ ਦੇਖਿਆ ਜਾ ਰਿਹਾ, ਭਾਵੇਂ ਇਸ ਚੀਜ਼ ਦੀ ਵਧਾਈਆਂ ਤਾਂ ਨਹੀਂ ਦੇਣੀ ਸ਼ਾਇਦ ਸ਼ੋਭ ਦੀ, ਪਰ ਫਿਰ ਵੀ ਇੱਕ ਲੜਾਈ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਹੈ। ਸੋ ਉਸ ਵਾਸਤੇ ਇੱਕ ਖੁਸ਼ੀ ਵੀ ਹੈਗੀ ਆ ਔਰ ਇੱਕ ਰਾਹਤ ਇੱਕ ਮਹਿਸੂਸ ਇੱਕ ਕੌਮ ਕਰ ਰਹੀ ਹੈਗੀ। ਤੁਸੀਂ ਇਹਨੂੰ ਕਿੱਦਾਂ ਦੇਖ ਲਓ? ਨਹੀਂ, ਮੈਨੂੰ ਇਹ ਗੱਲ ਦੱਸੋ, ਵਧਾਈ ਕਿਉਂ ਨਹੀਂ? ਇੰਨੀ ਮੁਸ਼ਕਿਲ ਨਾਲ ਇੰਨਾ ਲੜ ਕੇ ਸਾਡੇ ਗੋਡੇ ਰਗੜੇ ਗਏ, ਇਹਦੇ ਅਗੇਂਸਟ ਲੜਦੇ ਲੜਦੇ 34 ਸਾਲ, ਤਾਂ ਮੈਂ ਤਾਂ ਕਹਿੰਦਾ ਬਿਲਕੁਲ ਵਧਾਈ ਬਣਦੀ ਹੈ, ਕੌਮ ਨੂੰ ਵਧਾਈ ਬਣਦੀ ਹੈ, ਸਾਰੀ ਕੌਮ ਨੂੰ ਵਧਾਈ ਬਣਦੀ ਹੈ। ਅੱਜ ਫੜਿਆ ਸੀ, ਚਾਹੇ ਨਹੀਂ ਦੇਰ ਬਾਅਦ ਫੜਿਆ, ਅਤੇ ਮਗਰ ਫੜ ਤੋਂ ਲਿਆ ਨਾ। ਮੇਰਾ ਹਸਬੈਂਡ ਨਹੀਂ ਮਾਰਿਆ, ਮੇਰਾ ਬਹੁਤ ਲਾਇਕ ਬੇਟਾ ਮਾਰਿਆ ਜੋ ਗੋਲਡ ਮੈਡਲ, ਉਹ ਵੀ ਮਾਰਿਆ ਬੇਟਾ, ਅਤੇ ਅੱਜ ਥੋੜ੍ਹਾ ਸਾ ਸਕੂਨ ਮਿਲਿਆ 35 ਸਾਲ ਬਾਅਦ। ਚਲੋ ਕੁਛ ਤਾਂ ਹੋਇਆ, ਜੇ ਜ਼ਾਲਮ ਸਲਾਕਾਂ ਦੇ ਪਿੱਛੇ ਤਾਂ ਗਿਆ। ਭਾਵੇਂ ਇੱਕ ਵੱਡੀ ਜਿੱਤ ਪ੍ਰਾਪਤ ਹੋਈ ਹੈ ਇਸ ਫੈਸਲੇ ਦੇ ਵਿੱਚ, ਪਰ ਇੱਕ ਮਾਹੌਲ ਦੇਖਣ ਨੂੰ ਦੇਖਿਆ ਜਾ ਰਿਹਾ ਕਿ ਹਰ ਕੋਈ ਇੱਕ ਦੂਸਰੇ ਨੂੰ ਵਧਾਈ ਦਿੰਦਾ ਨਜ਼ਰ ਆ ਰਿਹਾ। ਹੁਣੇ ਵੀ ਅਸੀਂ ਜੋ ਆਸ ਪਾਸ ਸੀਗੇ ਜਾਂ ਮੈਸੇਜ ਚੱਲਣੇ ਸ਼ੁਰੂ ਹੋ ਗਏ ਫੇਸਬੁੱਕ 'ਤੇ, ਵਟਸਐਪ 'ਤੇ, ਜਾਂ ਇਹਨਾਂ ਲੋਕਾਂ ਨੂੰ ਵੀ ਜਾਂ ਲੀਡਰ ਵੀ ਆਪਸ ਇੱਕ ਦੂਸਰੇ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਆ, ਤੁਹਾਨੂੰ ਲੱਗਦਾ ਇਹਦੇ ਵਿੱਚ ਵਧਾਈ ਦੇਣੀ ਚਾਹੀਦੀ ਹੈ? ਨਹੀਂ, ਮੈਨੂੰ ਤਾਂ ਇਸ ਤਰ੍ਹਾਂ ਬਿਲਕੁਲ ਵੀ ਮਹਿਸੂਸ ਨਹੀਂ ਹੋ ਰਿਹਾ। ਕੌਮੀ ਤੌਰ 'ਤੇ ਮੇਰੀ ਕੌਮ ਦੇ, ਮੇਰੇ ਪਰਿਵਾਰ ਦੇ ਹਜ਼ਾਰਾਂ ਲੋਕਾਂ ਨੂੰ ਕਤਲ ਕੀਤਾ ਗਿਆ, 34 ਸਾਲ ਕੋਈ ਇਨਸਾਫ ਨਹੀਂ ਮਿਲ ਰਿਹਾ, ਔਰ ਉਸ ਤੋਂ ਬਾਅਦ ਅਗਰ 34 ਸਾਲ ਬਾਅਦ ਕਿਸੇ ਬੰਦੇ ਨੂੰ ਇੱਕ ਉਹ ਵੀ ਹਾਈ ਕੋਰਟ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਔਰ ਉਸ ਵਿੱਚ ਰੱਖਿਆ ਗਿਆ ਕਿ 31 ਦਸੰਬਰ ਤੱਕ ਉਹ ਸੁਪਰੀਮ ਕੋਰਟ ਜਾ ਸਕਦਾ, ਉਸ ਤੋਂ ਬਾਅਦ ਜਿਹੜੇ ਕਾਨੂੰਨ ਦੇ ਵਿੱਚ ਇੱਕ ਤਰੀਕੇ ਦਾ ਵਿਸ਼ਵਾਸ ਉੱਠ ਜਾ ਰਿਹਾ ਸੀ, ਉਸ ਵਿੱਚ ਮੈਂ ਇਤਨੀ ਰਾਹਤ ਮਹਿਸੂਸ ਕਰ ਰਿਹਾ ਕਿ ਦੇਰ ਆਏ ਦਰੁਸਤ ਆਏ, ਕਾਨੂੰਨ ਨੇ ਕੁਛ ਥੋੜ੍ਹੀ ਬਹੁਤ ਆਪਣਾ ਜਲਵਾ ਦਿਖਾਇਆ, ਪਰ ਜੋ ਕਾਨੂੰਨ ਨੂੰ ਕਰਨਾ ਚਾਹੀਦਾ ਸੀ ਉਹ ਅਜੇ ਤੱਕ ਨਹੀਂ ਹੋਇਆ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਵਧਾਈਆਂ ਦੀ ਗੱਲ ਹੈ। ਹਜ਼ਾਰਾਂ ਲੋਕ ਕਤਲ ਹੋਏ ਨੇ, ਹਜ਼ਾਰਾਂ ਪਰਿਵਾਰ ਬੇਘਰ ਹੋਏ ਨੇ, ਔਰ ਇੱਕ ਬੰਦੇ ਦੇ ਇਸ ਵਰਡਿਕਟ ਨਾਲ ਮੈਨੂੰ ਕੋਈ ਬਹੁਤੀ ਇਹਦੇ ਵਿੱਚ ਵਧਾਈਆਂ ਜਾਂ ਖੁਸ਼ੀ ਦੀ ਗੱਲ ਮਹਿਸੂਸ ਨਹੀਂ ਹੋ ਰਹੀ।